ਧਰਨਾ ਦੇਣੇ ਤੇ ਕਿਸਾਨ ਸ਼ੰਭੂ ਬਾਰਡਰ ਤੇ ਕਨੌਰੀ ਬਾਰਡਰ ਤੇ ਬੈਠੇ ਨੇ ਤੇ ਕਿਸਾਨ ਆਗੂ ਜਿਹੜੇ ਉਹਨਾਂ ਦੇ ਵੱਲੋਂ ਵੱਖ ਵੱਖ ਬਿਆਨ ਵੀ ਦਿੱਤੇ ਜਾ ਰਹੇ ਨੇ ਤੇ ਇਸੇ ਲਈ ਕਿਸਾਨ ਆਗੂ ਸਰਵਨ ਸਿੰਘ ਪੰਡੇਰ ਦੇ ਵੱਲੋਂ ਮਹਿਲਾਵਾਂ ਨੂੰ ਵੱਡੀ ਅਪੀਲ ਕੀਤੀ ਗਈ ਹੈ। ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਦਿਵਸ ਤੇ ਉਹਨਾਂ ਦੇ ਵੱਲੋਂ ਵੱਡੀ ਅਪੀਲ ਕੀਤੀ ਗਈ ਹੈ। ਉਹਨਾਂ ਨੇ ਕਿਹਾ ਕਿ ਵੱਧ ਤੋਂ ਵੱਧ ਮਹਿਲਾਵਾਂ ਕਿਸਾਨੀ ਅੰਦੋਲਨ ਦੇ ਵਿੱਚ ਸ਼ਾਮਲ ਹੋਣ ਤਾਂ ਕਿ ਕਿਸਾਨੀ ਅੰਦੋਲਨ ਨੂੰ ਮਜ਼ਬੂਤ ਕੀਤਾ ਜਾਵੇ। ਉਹਨਾਂ ਨੇ ਵੀ ਕਿਹਾ ਕਿ ਮਹਿਲਾਵਾਂ ਤੋਂ ਬਿਨਾਂ ਇਹ ਅੰਦੋਲਨ ਜਿਹੜਾ ਮਜ਼ਬੂਤ ਨਹੀਂ ਹੋ ਸਕਦਾ। ਉਹਨਾਂ ਨੇ ਕੀ ਕਿਹਾ, ਹੋਰ ਉਹਨਾਂ ਨੇ ਕੀ ਕਿਹਾ ਤੇ ਮਹਿਲਾਵਾਂ ਨੂੰ ਕੀ ਅਪੀਲ ਕੀਤੀ ਹੈ, ਇਹ ਵੀ ਤੁਹਾਨੂੰ ਸੁਣਾ ਦਿੰਦੇ ਹਾਂ। ਜਿਹੜਾ ਅੰਦੋਲਨ ਹਰਿਆਣਾ ਦੇ ਬਾਰਡਰਾਂ ਤੇ ਚੱਲ ਰਿਹਾ, ਉਹਦਾ ਪੰਜੀਵਾਂ ਦਿਨ ਆ। ਕੱਲ੍ਹ ਦੇਸ਼ ਦੇ ਪ੍ਰਧਾਨ ਮੰਤਰੀ ਜੀ ਕਸ਼ਮੀਰ ਵਿੱਚ ਗਏ ਹੈਗੇ ਆ, ਔਰ ਉੱਥੋਂ ਦੇ ਜੰਮੂ ਕਸ਼ਮੀਰ ਦੇ ਕਿਸਾਨਾਂ ਨੂੰ ਬੜੀ ਆਸ ਸੀ ਵੀ ਕੋਈ ਉਹ ਵੱਡੀ ਅਨਾਊਂਸਮੈਂਟ ਕਰਨਗੇ, ਜਿਹੜੀ ਨਹੀਂ ਹੋਈ ਹੈਗੀ। ਇਦੋਂ ਗਾ ਪ੍ਰਧਾਨ ਮੰਤਰੀ ਜੀ ਨੂੰ ਆਪਦੀ ਰੈਲੀ ਵਾਸਤੇ ਸਰਕਾਰੀ ਮੁਲਾਜ਼ਮ, ਖੇਤੀਬਾੜੀ ਵਿਭਾਗ ਔਰ ਉਹਨੂੰ ਕਹਿ ਕੇ ਕਿਸਾਨ ਇਕੱਠੇ ਕਰਨੇ ਪਏ ਆ। ਇਦੋਂ ਗਾ ਜੇ ਪ੍ਰਧਾਨ ਮੰਤਰੀ ਜਿਹੜੀ ਅਮਰੀਕਾ ਨਾਲ ਸਮਝੌਤਾ ਕਰਕੇ ਆਏ ਡਰਾਈ ਫੂਡਾਂ ਦਾ, ਸੁੱਕੇ ਮੇਵਿਆਂ ਦਾ, ਵੀ ਗਾਹਾਂ ਜਾ ਕੇ ਇਹਨਾਂ ਦੇ ਉੱਤੋਂ ਜਿਹੜੀ ਆ ਇੰਪੋਰਟ ਡਿਊਟੀ ਖਤਮ ਕਰਾਂਗੇ, ਜੇ ਦੱਸ ਦਿੰਦੇ ਕਸ਼ਮੀਰ ਵਾਲਿਆਂ ਨੂੰ ਤਾਂ ਚੰਗਾ ਹੁੰਦਾ। ਹੁਣ ਪ੍ਰਧਾਨ ਮੰਤਰੀ ਜੀ ਉੱਤਰ ਪੂਰਬ ਦੇ ਰਾਜਾਂ 'ਚ ਜਾਣਗੇ, ਆਸ ਰੱਖਾਂਗੇ ਵੀ ਜਿਹੜੇ ਚਾਹ ਪੈਦਾ ਕਰਨ ਵਾਲੇ ਕਿਸਾਨ ਨੇ ਆਸਾਮ ਦੇ, ਉਹਨਾਂ ਵਾਸਤੇ ਕੋਈ ਉਹ ਸੋਚਣਗੇ। ਚੰਗਾ ਹੁਣ ਜੇ ਪ੍ਰਧਾਨ ਮੰਤਰੀ ਜੀ ਮਣੀਪੁਰ 'ਚ ਜਾ ਆਉਣ ਤਾਂ, ਔਰ ਜਿੱਥੋਂ ਪ੍ਰਧਾਨ ਮੰਤਰੀ ਨੇ ਕਿਹਾ ਵੀ 10 ਸਾਲਾਂ ਵਿੱਚ ਲੋਕਤੰਤਰ ਉੱਤੇ ਲੋਕਾਂ ਦਾ ਭਰੋਸਾ ਵਧਿਆ, ਪਰ ਮੈਨੂੰ ਲੱਗਦਾ ਨਹੀਂ ਹੈ ਵੀ ਉਹ ਖੁਦ ਦੇਸ਼ ਦੇ ਕਿਸਾਨਾਂ ਮਜ਼ਦੂਰਾਂ 'ਤੇ ਭਰੋਸਾ ਕਰ ਰਹੇ ਨੇ। ਉਹਨਾਂ ਨੂੰ ਦਿੱਲੀ ਦੀ ਦਿੱਲੀ ਰਾਜਧਾਨੀ ਵਿੱਚ ਜਾ ਕੇ ਪ੍ਰਦਰਸ਼ਨ ਕਰਨ ਦਾ ਹੱਕ ਕਿਉਂ ਨਹੀਂ ਦਿੰਦੇ ਹੈਗੇ? ਸੋ ਇਹਦੇ ਨਾਲ ਲੋਕਾਂ ਦਾ ਭਰੋਸਾ ਤਾਂ ਸਰਕਾਰ ਤੋਂ ਖਤਮ ਹੋਇਆ ਹੈਗਾ। ਜਿਹੜੀ ਟਰੈਕਟਰ ਟਰਾਲੀ ਦਾ ਬਹਾਨਾ ਸੀ ਵੀ ਰੌਲਾ ਟਰੈਕਟਰ ਟਰਾਲੀ ਨਾਲ ਨਹੀਂ ਹੈਗਾ, ਫੈਸਲਾ ਕਰ ਲਿਆ ਸਰਕਾਰ ਨੇ ਵੀ ਕਿਸੇ ਵੀ ਕੀਮਤ ਦੇ ਉੱਤੇ ਕਿਸਾਨਾਂ ਨੂੰ ਦਿੱਲੀ ਰਾਜਧਾਨੀ ਵਿੱਚ ਜਾਣ ਨਹੀਂ ਦੇਣਾ ਹੈਗਾ। ਅੱਜ ਔਰਤਾਂ ਦਾ ਕੌਮਾਂਤਰੀ ਦਿਹਾੜਾ, ਅੱਜ 10,000 ਵੱਡਾ ਤੋਂ ਵੱਡਾ ਇਕੱਠ ਬਾਰਡਰਾਂ 'ਤੇ ਹੋਊਗਾ। ਅਸੀਂ ਉਹਦਾ ਥੀਮ ਰੱਖਾਂਗੇ ਵੀ ਇਸ ਅੰਦੋਲਨ ਨੂੰ ਜਿੱਤਣ ਵਾਸਤੇ ਔਰਤ ਦੀ ਭੂਮਿਕਾ ਕੀ ਹੋਵੇ। ਜੇ ਅੰਦੋਲਨ ਜਿੱਤਣਾ ਤਾਂ ਮਾਤਾਵਾਂ ਭੈਣਾਂ ਨੂੰ ਅੰਦੋਲਨ ਵਿੱਚ ਸ਼ਾਮਲ ਕਰਨਾ ਪੈਣਾ। ਅਸੀਂ ਇਹ ਅੰਦੋਲਨ ਦੀਆਂ ਮੰਗਾਂ ਮਨਵਾ ਸਕਦੇ ਹਾਂ। ਸਾਡਾ ਕਿਸਾਨਾਂ ਦਾ ਪਰਿਵਾਰ 64 ਕਰੋੜ ਦੇਸ਼ ਵਿੱਚ ਆ, ਮਜ਼ਦੂਰ ਜੋੜ ਦੀ 80% ਆ, 2.25 ਕਰੋੜ ਅਸੀਂ ਪੰਜਾਬ 'ਚ ਬੈਠੇ ਹਾਂ, ਸਾਰੇ ਇਕੱਠੇ ਹੋ ਜਾਈਏ, ਪੱਕੀ ਗੱਲ ਹੈ ਵੀ ਜਿੱਤ ਸਾਡੀ ਹੋਊਗੀ। ਇਹ ਅੰਦੋਲਨ ਲੰਮਾ ਜਾਊਗਾ, ਲੰਮੇ ਅੰਦੋਲਨ ਵਾਸਤੇ ਤੁਹਾਨੂੰ ਤਿਆਰੀ ਕਰ ਲੈਣੀ ਚਾਹੀਦੀ ਆ। 10 ਦੇ ਰੇਲ ਰੋਕੋ ਵਿੱਚ ਪੂਰੀ ਤਰ੍ਹਾਂ ਸਾਨੂੰ ਵੱਧ ਤੋਂ ਵੱਧ ਯੋਗਦਾਨ ਪਾਉਣਾ ਚਾਹੀਦਾ। ਦੇਵੀਦਾਸਪੁਰਾ ਅੰਮ੍ਰਿਤਸਰ ਦੇ ਵਿੱਚ ਮੈਂ ਖੁਦ ਸੰਬੋਧਨ ਕਰਨ ਜਾਊਂਗਾ, ਵੱਧ ਤੋਂ ਵੱਧ ਲੋਕਾਂ ਨੂੰ ਉੱਥੇ ਇਕੱਠੇ ਹੋਣ ਦਾ ਆਹਵਾਨ ਕਰਦਾ ਵਾਂ। ਧੰਨਵਾਦ। ਦੇਸ਼ ਦੁਨੀਆ ਕੀ ਹਰ ਖਬਰ ਸਭ ਪਹਿਲੇ ਦੇਖਣੇ ਕੇ ਲਿਏ ਫੋਲੋ ਕਰੇ ਦੈਨਿਕ ਸਵੇਰਾ ਟੀਵੀ ਯੂਟਿਊਬ ਫੇਸਬੁੱਕ ਇੰਸਟਾਗ੍ਰਾਮ ਐਕਸ ਔਰ WhatsApp ਚੈਨਲ ਪਰ।